ਜਿਹੜੇ ਨਵੇਂ ਆਏ ਪ੍ਰਾਹੁਣੇ ਆ ਉਹਨਾਂ ਨੂੰ ਹਰੇਕ ਥਾਂ ਤੇ ਮਾਈਲੇਜ ਮਿਲੇ ਤੇ ਸਾਡੇ ਦਰਿਆ ਘਾਣ ਵਾਲੇ ਜਿਨ੍ਹਾਂ ਨੇ 20-20 ਸਾਲ ਔਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੁੱਖ ਦੀ ਗੱਲ ਇਹ ਹੁੰਦੀ ਵੀ ਜਿਹੜੇ ਕੱਲ੍ਹ ਆਏ ਸਾਡੇ ਦੇ ਉੱਤੇ ਚੜ ਕੇ ਆਏ ਅੱਜ ਸਾਨੂੰ ਲਤਾੜ ਰਹੇ ਆ छोटिया लड़ाइया नहीं पाना चाहिदा भी बरना ला दो झौका ला दो सानूं भरेखो करना वो दर्द तां जरूर हुंदा जी सानूं तां अज बना दिता पार्टी ने गंद का ढेर और गंद असीं उपर जावांगे सोने वांगू ਇਹ ਵੇਖਣਾ ਬਹੁ ਪਾਰਟੀ ਨੂੰ ਵੀ ਸੋਨਾ ਕਿਹੜਾ ਤੇ ਰੋਸ਼ਨ ਦਿਮਾਗ ਕਿਹੜਾ ਜੇ ਪਹਿਲਾਂ ਵੀ ਧੁੱਖ ਧੋਣੀ ਧੁੱਕੀ ਗਈ ਉਦੋਂ ਵੀ ਸਤਿ ਕੀਤਾ ਨਹੀਂ ਫਿਰ ਅੱਜ ਤਾਂ ਬਣਨਾ ਹੀ ਹੈ ਨਾ ਉਵੇਂ ਧੁੱਕੀ ਜਾਵੇ ਹੁਣ ਤਾਂ ਫਿਰ ਅੱਗ ਹੀ ਬਲੂਗੀ ਨਾ ਫਿਰ ਮੇਰੀ ਗੱਲ ਸੁਣੋ ਕਾਂਗੜ ਸਾਹਿਬ ਅੱਗ ਜਿਹੜੀ ਮੱਚੀ ਹੈ ਭਾਂਬੜ ਦਾ ਰੂਪ ਲੈ ਸਕਦੀ ਅੱਗ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਨੂੰ ਜ਼ਲੀਲ ਕੀਤਾ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਗਏ ਕਿ ਤੁਸੀਂ ਜਾ ਸਕਦੇ ਹੋ ਉਹਨਾਂ ਦੇ ਨਾਲ ਅੱਖਾਂ ਮੀਚ ਕੇ ਬੰਦ ਕਰ ਲੈਣਗੇ ਫਿਰ ਆਪੇ ਉਹਨਾਂ ਦਾ ਨੁਕਸਾਨ ਹੋਈ ਜਾਂ ਸਰੀ ਹੋਊਗਾ ਫਿਰ ਉਹਨਾਂ ਦਾ ਕੀ ਹੋਊਗਾ ਫਿਰ ਨਾਲ ਰਹੋਗੇ ਤੁਸੀਂ ਜੇ ਅੱਖਾਂ ਮੀਚ ਲੈਂਦੇ ਨੇ ਨਾਲ ਰਹੋਗੇ ਫਿਰ ਤੁਸੀਂ ਇਹਦਾ ਟਾਈਮ ਦੱਸੂਗਾ ਜੀ ਕੋਈ ਪ੍ਰੀ ਪਲੈਨਡ ਆਏ ਆ ਪਾਰਟੀ ਨੂੰ ਡਿਸਟਰੋਏ ਕਰਨ ਵਾਸਤੇ ਆਏ ਆ ਉਹਨਾਂ ਵਾਸਤੇ ਤੁਸੀਂ ਸੁਚੇਤ ਰਹੋ ਔਰ ਬੜੀ ਤਾਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਾਡੇ ਨਾਲ ਜੁੜੇ ਨੇ ਕਾਂਗੜ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਹਾਂਜੀ ਹਾਂਜੀ ਦੱਸੋ ਕਾਂਗੜ ਸਾਹਿਬ ਕੀ ਲੱਗਦਾ ਜਿਹੜੇ ਪੁਰਾਣੇ ਕਾਂਗਰਸੀ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਦੇਖੋ ਇਗਨੋਰ ਕੀਤਾ ਜਾਂਦਾ ਨਾ ਜਾਂਦਾ ਇਹ ਤਾਂ ਲੋਕ ਦੇਖ ਰਹੇ ਅੱਜ ਪੰਜਾਬ ਦੇ ਦੇਖੋ ਲੋਕ ਜਿਹੜੀ ਪੰਜਾਬ ਦੀ ਜਨਤਾ ਹੁੰਦੀ ਉਹ ਕਚਹਿਰੀ ਹੈ ਰੱਬ ਵਰਗੇ ਲੋਕ ਨੇ ਕਿਹਨੇ ਗੰਦਾ ਕੰਮ ਕੀਤਾ ਕਿਹਨੇ ਮਾੜਾ ਕੀਤਾ ਲੋਕ ਆਪੇ ਵੇਖਣਗੇ ਕੱਲ ਨੂੰ ਜੇ ਕਿਸੇ ਨੇ ਕੋਈ ਗੰਦੇ ਕੰਮ ਕੀਤੇ ਉਹ ਆਪੇ ਸਜ਼ਾ ਮਿਲ ਜਾਣੀ ਹੈ ਜੀ ਪਰ ਇੱਕ ਦਰਦ ਬਹੁਤ ਜ਼ਿਆਦਾ ਹੈ ਵੀ ਜਿਹੜੇ ਕੱਲ ਕਈ ਪਾਰਟੀਆਂ ਬਣਾ ਬਣਾ ਕੇ ਫੇਰ ਸਾਡੇ ਸਿਰ ਤੇ ਬਹਿ ਗਏ ਆ ਕੇ ਉਹਨਾਂ ਨੂੰ ਉੱਚ ਅਹੁਦਿਆਂ ਤੇ ਬਹਾ ਦੇਣਾ ਤੇ ਸਾਡੇ ਕੇ ਪਰਿਵਾਰਾਂ ਨੇ ਆਪਦੇ ਪਰਿਵਾਰ ਵੀ ਮਤਲਬ ਨੁਕਸਾਨ ਕਰਾ ਲੈਣਾ ਤੇ ਸਾਨੂੰ ਉੱਥੋਂ ਭਰੇਖੋ ਕਰਨਾ ਉਹ ਦਰਦ ਤਾਂ ਜ਼ਰੂਰ ਹੁੰਦਾ ਹੈ ਜੀ ਮਤਲਬ ਲੋਕ ਵੀ ਮੈਨੂੰ ਪੁੱਛਦੇ ਆ ਵੀ ਤੁਸੀਂ ਕਾਂਗਰਸ ਪਾਰਟੀ ਪਿੱਛੇ ਆਦਾ ਪਰਿਵਾਰ ਵੀ ਖਤਮ ਕਰ ਲਿਆ ਘਰਵਾਲ ਵੀ ਖਤਮ ਕਰ ਲਿਆ ਪਾਰਟੀ ਨੇ ਮਾਨ ਸਨਮਾਨ ਦਿੱਤਾ ਸੀ ਕੁਛ ਟਾਈਮ ਲਈ ਅੱਜ ਤੁਹਾਡੇ ਚ ਕੀ ਨੁਕਸ ਆ ਵੀ ਜਿਹੜੇ ਦੂਜੇ ਲੋਕ ਹੈ ਜਿਹੜੇ ਬਾਹਰੋਂ ਕੋਈ ਕਿਤੇ ਕੁਛ ਕੋਈ ਪਾਰਟੀ ਬਣਾ ਲਈ ਕੋਈ ਕੁਛ ਪਾਰਟੀ ਬਣਾ ਲਈ ਉਹ ਆ ਕੇ ਸਾਡੇ ਤੇ ਰਾਜ ਕਰਦੇ ਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਮਾਮਲੇ ਚ ਕੁਛ ਬਹੁਤਾ ਅੱਛਾ ਨੀ ਦੇਖੋ ਗੱਲ ਇਹ ਹੈ ਵੀ ਚੰਨੀ ਸਾਹਿਬ ਦੀ ਗੱਲ ਬਹੁਤ ਗੁਰੂ ਮਹਾਰਾਜ ਵੱਲੋਂ ਬਹੁਤ ਅੱਛੀ ਹੈ ਘਰ ਘਰ ਵਧੀਆ ਪਿੰਡਾਂ ਦੇ ਵਿੱਚ ਅਸੀਂ ਵੀ ਗੱਲੇ ਗੱਲ ਆਪਣੇ ਹਰੇਕ ਗਲੀ ਮਹੱਲੇ ਲਿਜਾ ਰਹੇ ਹਾਂ ਹੁਣ ਵੀ ਮੈਂ ਪਿੰਡਾਂ ਚ ਫਿਰਦਾ ਇਸ ਵੇਲੇ ਕੋਈ 9:15 ਦਾ ਟਾਈਮ ਹੈ ਮੈਂ ਕੋਈ ਡਰਾਇੰਗ ਰੂਮ ਦਾ ਲੀਡਰ ਨੀ ਮੈਂ ਗ੍ਰਾਸ ਰੂਟ ਦਾ ਲੀਡਰ ਹਾਂ ਮੈਂ ਹਮੇਸ਼ਾ ਗਰੀਬਾਂ ਦੇ ਵਿੱਚ ਵੀ ਜਿਹਦੇ ਪੈਰ ਜਿੱਤੀ ਨੀ ਪਈ ਮੈਂ ਉਹਨੂੰ ਵੀ ਹੱਕਣਾ ਲਾਉਣਾ ਹੈ ਪਰ ਦੁੱਖ ਆਉਂਦਾ ਉਹ ਜਿਹੜੇ ਲੋਕਾਂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਪਹਿਲਾਂ ਆਪਣੇ ਵੱਡਿਆਂ ਤੋਂ ਵੀ ਮਤਲਬ ਦੇ ਨਾਲ ਰਾਜ ਭਾਗ ਕੀਤਾ ਹੋਵੇ ਅੱਜ ਸਾਡੇ ਵਿੱਚ ਵੜ ਕੇ ਵੀ ਸਾਨੂੰ ਨੱਪੜ ਕੇ ਤੇ ਸਾਡਾ ਸਾਹ ਬੰਦ ਕੀਤਾ ਹੋਵੇ ਮਾਲਵੇ ਦੇ ਲੋਕ ਪਛਾਣਦੇ ਆ ਜਿਹੜੇ ਮਾਲਵੇ ਦੇ ਲੀਡਰਾਂ ਨੂੰ ਜਿਹਨਾਂ ਨੂੰ ਕਾਂਗਰਸ ਪਾਰਟੀ ਦਾ ਜਿਹਨਾਂ ਨੇ ਪਿਛਲੇ ਸਮੇਂ ਚ ਕੰਮ ਕੀਤਾ ਤੇ ਅੱਜ ਦਮ ਮਹਿਸੂਸ ਕਰਦੇ ਆ ਜਿਹੜੇ ਆਪਣੇ ਮਹਿਸੂਸ ਕਰਦੇ ਆ ਵੀ ਅਸੀਂ ਬਹੁਤ ਜ਼ਿਆਦਾ ਆਪਣੇ ਅਪੰਗ ਹੈ ਉੱਥੇ ਦਰਦ ਆਉਂਦਾ ਵੀ ਇਹ ਕਿੱਧਰ ਨੂੰ ਗੱਲ ਜਾ ਰਹੀ ਹੈ ਜਿਹਨਾਂ ਨੇ ਹਮੇਸ਼ਾ ਹੀ ਦਰੀਆਂ ਵੀ ਵਿਛਾਈਆਂ ਪਾਰਟੀ ਲਈ ਕੁਰਬਾਨੀਆਂ ਵੀ ਕੀਤੀਆਂ ਪਰ 20-20 ਸਾਲ ਸੇਵਾ ਕਰਕੇ ਤੇ ਅੱਜ ਸਾਡੇ ਤੇ ਉਹ ਚੌਧਰਾਂ ਕਰਨ ਜਿਹੜੇ ਸਾਨੂੰ ਜ਼ਲੀਲ ਕਰਨ ਬੇਸ਼ੱਕ ਜਿਹਨਾਂ ਕੋਲ ਕਿੱਡਾ ਵੱਡਾ ਉਹਦਾ ਵੀ ਹੋਵੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਰਹੇ ਹਾਂ ਪਰ ਫਿਰ ਪੈਰ ਦੀ ਜੁੱਤੀ ਸਮਝੋ ਉੱਥੇ ਸਾਨੂੰ ਸਮਝ ਨਹੀਂ ਲੱਗਦੀ ਉੱਥੇ ਕਿਤੇ ਨਾ ਕਿਤੇ ਕਹਿੰਦੇ ਵੀ ਪਾਣੀ ਵੀ ਬਹੁਤ ਕੂਦ ਹੈ ਉਹਦੇ ਥੱਲੇ ਵੀ ਅੱਗ ਬਾਲੋਗੇ ਉਹ ਵੀ ਉੱਭਰਦਾ ਹੈ ਇਸ ਵੇਲੇ ਮੈਂ ਪਿੰਡਾਂ ਚ ਫਿਰ ਰਿਹਾ ਘੁੰਮ ਰਿਹਾ ਅੱਜ ਬਿਜਲੀ ਦੇ ਕੈਂਪ ਵੀ ਲਾ ਕੇ ਆਇਆ ਲੋਕਾਂ ਨੇ ਪਿਆਰ ਵੀ ਦਿੱਤਾ ਗੁਰੂ ਮਹਾਰਾਜ ਦੀ ਕਿਰਪਾ ਵੀ ਹੈ ਨਾ ਤਾਂ ਅੱਜ ਤੱਕ ਕਿਤੇ ਜ਼ਿੰਦਗੀ ਚ ਕਿਸੇ ਨੂੰ ਬੇਫਾਈ ਕੀਤੀ ਹੈ ਜਿਹਦੇ ਨਾਲ ਬਫਾਦਾਰੀ ਕੀਤੀ ਹੈ ਨਿਭਾਈ ਹੈ ਪਰ ਮੈਂ ਆਪਦੇ ਮੁੱਖ ਮੰਤਰੀ ਸਾਹਿਬ ਦਾ ਜਿੰਨਾ ਪਿਆਰ ਜਿਹੜਾ ਚੰਨੀ ਸਾਹਿਬ ਨਾਲ ਲੋਕਾਂ ਨੂੰ
ਬਹੁਤ ਇੱਜ਼ਤ ਮਾਣ ਕਰ ਰਹੇ ਹੈ। ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਮੇਂ ਦੀ ਨਿਸ਼ਾਕਤ ਨੂੰ ਸਮਝਦੇ ਹੋਏ ਬਿਲਕੁਲ ਤੁਸੀਂ ਸਾਰਾ ਸਭ ਕੁਝ ਅੱਛਾ ਨਹੀਂ, ਮਾਲ ਵਿੱਚ ਬਹੁਤ ਵੱਡੀ ਗੜਬੜ ਹੋਈ ਪਈ ਹੈ ਔਰ ਤੁਸੀਂ ਮੂਹਰੇ ਆਪਣੀਆਂ ਅੱਖਾਂ ਤੇ ਪੱਟੀਆਂ ਬੰਨੋਗੇ ਜੇ ਨਾ ਤੁਸੀਂ ਮਾਫਾ ਸੰਭਿਆ ਤਾਂ ਮੇਰੀ ਗੱਲ। ਤੁਸੀਂ ਕਹਿ ਕੇ ਅਸੀਂ ਬੇਵਫਾਈ ਨਹੀਂ ਕੀਤੀ ਕਿਸੇ ਨਾਲ, ਤੁਹਾਨੂੰ ਲੱਗਦਾ ਵੀ ਹੁਣ ਤੁਹਾਡੇ ਨਾਲ ਬੇਵਫਾਈ ਹੋ ਰਹੀ ਹੈ ਜਾਂ ਜਿਹੜੇ ਕੈਪਟਨ ਧੜੇ ਦੇ ਲੀਡਰ ਸੀ ਉਹਨਾਂ ਨਾਲ ਹੋ ਰਹੀ ਹੈ? ਅਸੀਂ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ, ਅਸੀਂ ਰਾਹੁਲ ਗਾਂਧੀ ਦੇ ਸਿਪਾਹੀ ਹਾਂ, ਅਸੀਂ ਸੋਨੀਆ ਗਾਂਧੀ ਦੇ ਸਿਪਾਹੀ ਹਾਂ। ਜੋ ਸਾਨੂੰ ਰਾਹੁਲ ਗਾਂਧੀ ਨੇ, ਸੋਨੀਆ ਜੀ ਨੇ, ਸਾਡੇ ਨੇ, ਮੈਡਮ ਨੇ ਜੋ ਸਾਨੂੰ ਲੀਡਰ ਦਿੱਤਾ, ਅਸੀਂ ਉਹਨੂੰ ਇੱਕ ਸੈਕਿੰਡ ਵੀ ਪਾਸੇ ਨਹੀਂ ਹੋ ਸਕੇ। ਅੱਜ ਅਸੀਂ ਕੰਨੀ ਸਾਹਿਬ ਤੋਂ ਇੱਕ ਸੈਕਿੰਡ ਨਹੀਂ ਪਾਸੇ ਹੋ ਸਕਾਂਗੇ। ਪਰ ਦੁੱਖ ਦੀ ਗੱਲ ਇਹ ਹੁੰਦੀ ਵੀ ਜਿਹੜੇ ਕੱਲ ਆਏ ਸਾਡੇ ਦੇ ਉੱਤੇ ਸੜਕੇ ਆਏ, ਅੱਜ ਸਾਨੂੰ ਲਤਾੜ ਰਹੇ ਹੈ, ਉਹਦਾ ਦੁੱਖ ਬਹੁਤ ਵੱਡਾ ਦੁੱਖ ਹੈ। ਕਾਂਗੜ ਸਾਹਿਬ ਕੌਣ ਨੇ ਨਾ ਲਾਉਂਗੇ ਕੌਣ ਨੇ ਮਾਲਵੇ ਦੇ ਜਾਣਦੇ? ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਅੱਜ ਕਹਿੰਦੇ ਮੈਂ ਅਖੀਰ ਦੇ ਵਿੱਚ ਬੋਲਣ ਲੱਗਿਆ, ਜਦੋਂ ਕਿਸੇ ਦਾ ਅੰਤ ਹੋ ਜਾਂਦਾ ਨਾ ਉਦੋਂ ਬੰਦਾ ਬੋਲਦਾ ਹੈ। ਮੈਂ ਅੱਜ ਤੱਕ ਕਿਤੇ ਪ੍ਰੈਸ ਨਹੀਂ ਬੋਲਿਆ ਸੀ, ਨਾ ਮੈਂ ਕਿਤੇ ਕਿਤੇ ਤੁਹਾਡੇ ਸੋਸ਼ਲ ਮੀਡੀਆ ਤੇ ਬੋਲਿਆ ਸੀ, ਪਰ ਮੈਂ ਅਖੀਰ ਚ ਆਪਦੀ ਆਤਮਾ ਨੂੰ ਤੰਗ ਹੋ ਕੇ ਕਹਿਣਾ ਹੈ ਵੀ ਇੱਥੇ ਸਭ ਕੁਛ ਅੱਛਾ ਨਹੀਂ। ਜਿਹੜੇ ਨਵੇਂ ਆਏ ਪ੍ਰਾਹੁਣੇ ਹੈ ਉਹਨਾਂ ਨੂੰ ਹਰੇਕ ਥਾਂ ਤੇ ਮਾਇਲੇਜ ਮਿਲੇ, ਤੇ ਸਾਡੇ ਦਰੀਆਂ ਘਾਣ ਵਾਲੇ ਜਿਨ੍ਹਾਂ ਨੇ 20-20 ਸਾਲ, ਔਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਨ 1957 ਚ ਕਹਿੰਦੇ ਆ ਇਲੈਕਸ਼ਨਾਂ ਸਟਾਰਟ ਹੋਈਆਂ ਸੀ, ਰਾਮ ਪ੍ਰਭੂ ਲੈ ਜਾ ਹਲਕਾ ਹੈ ਜਿੱਥੇ ਤੱਕ 92 ਜਦੋਂ ਬਾਈਕਾਟ ਹੋਇਆ ਸੀ ਅਕਾਲੀ ਦਲ ਦਾ, ਉਦੋਂ ਹਰਬੰਸ ਸਿੰਘ ਸਿੱਧੂ ਸਾਡੇ ਮਾਨਯੋਗ ਮੰਤਰੀ ਬਣੇ ਸੀ। ਅੱਜ ਤੱਕ ਰਾਮਪੁਰਾ ਫੂਲ ਦੇ ਵਿੱਚ ਕਾਂਗਰਸ ਦਾ ਖਾਤਾ ਨਹੀਂ ਸੀ ਖੋਲਿਆ, ਪਰ ਬੜੇ ਦੁੱਖ ਨਾਲ ਭਰੇ ਮਨ ਨਾਲ ਗੱਲ ਕਹਿਣਾ ਪੈਂਦਾ ਮੈਨੂੰ ਵੀ 3 ਵਾਰੀ ਝੋਲੀ ਦੇ ਵਿੱਚ ਕਾਂਗਰਸ ਗੁਰਪ੍ਰੀਤ ਸਿੰਘ ਕਾਂਗ ਨੇ ਪਾ ਕੇ ਦਿੱਤੀ ਹੈ। ਔਰ ਲੋਕ ਕਹਿੰਦੇ ਸੀ ਵੀ ਅਸੀਂ ਘੀੜਿਆਂ ਵਿੱਚ ਜੀ ਭੱਜ ਕੇ ਆਉਂਦੇ ਹੁੰਦੇ ਸੀ, ਰੂੜੀਆਂ ਵਿੱਚ ਲੰਘ ਕੇ ਆਉਂਦੇ ਸੀ, ਅਸੀਂ ਹਾਰ ਮੰਨ ਕੇ ਅਸੀਂ ਨਿਕਲ ਆਉਂਦੇ ਸੀ, ਪਰ ਅਸੀਂ ਜਦੋਂ ਇਹ ਕਾਂਗਰਸ ਪਾਰਟੀ ਚ ਆਏ ਸਾਨੂੰ ਬੇਸ਼ਕ ਦੀ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਏ, ਉਹਨਾਂ ਨੇ ਪਿਆਰ ਦਿੱਤਾ। ਉਦੋਂ ਬਾਅਦ ਅਸੀਂ ਰਾਹੁਲ ਗਾਂਧੀ ਜੀ ਨਾਲ ਜੁੜੇ, ਸਾਨੂੰ ਉਹਨਾਂ ਨੇ ਵਾਈਸ ਪ੍ਰੈਜੀਡੈਂਟ ਅਨਾਊਂਸ ਕੀਤਾ, ਮੈਂ ਚੰਨੀ ਸਾਹਿਬ ਸੋਹਣ ਸਾਹਿਬ, ਸਾਨੂੰ ਤਿੰਨਾਂ ਨੂੰ ਪੰਜਾਬ ਦਾ ਪ੍ਰਤਾਪ ਸਿੰਘ ਬਾਜਵਾ ਨਾਲ ਵਾਈਸ ਪ੍ਰਧਾਨ, ਉਹ ਵੀ ਸੋਨੀ ਜੀ ਸੀ, ਮੈਨੂੰ ਮਾਲਕ ਦੇ ਦਾ ਰੀਜਨ ਇੰਚਾਰਜ ਬਣਾਇਆ। ਪਰ ਹੁਣ ਇਸ ਵੇਲੇ ਬੜੇ ਭਰੇ ਮਨ ਨਾਲ ਦੁੱਖ ਨਾਲ ਕਹਿਣਾ ਪੈਂਦਾ ਹੈ, ਹਰੀਸ਼ ਚੌਧਰੀ ਨੇ ਮੇਰੇ ਹਮੇਸ਼ਾ ਹੀ ਸਿਰ ਤੇ ਹੱਥ ਰੱਖਿਆ, ਉਹ ਵੀ ਨਾਲ ਸੀ, ਪਰ ਇਸ ਵੇਲੇ ਅੰਤ ਦੀਆਂ ਘੜੀਆਂ ਲੰਘ ਚੁੱਕੀਆਂ। ਇਸ ਕਰਕੇ ਮੈਂ ਆਪ ਦੇ ਮੁੱਖ ਮੰਤਰੀ ਸਾਹਿਬ ਨੂੰ ਹੱਥ ਮੰਨ ਕੇ ਹੰਬਲ ਬੇਨਤੀ ਕਰਨਾ ਚਾਹੁੰਦਾ ਵੀ ਕੁਛ ਸਮੇਂ ਦੇ ਵਿੱਚ ਤੁਸੀਂ ਆਸੇ ਪਾਸੇ ਜਿਹੜੇ ਲਈ ਫਿਰਦੇ ਆ, ਜਿਹੜੇ ਆਪਣੇ ਆਪ ਨੂੰ ਤੁਸੀਂ ਸਮਝਦੇ ਆ ਵੀ ਫਲਾਨੀ ਗੱਲ ਅਰੇਂਜ ਕਰ ਦੇਣਗੇ, ਫਲਾਨਾ ਸਿਸਟਮ ਅਰੇਂਜ ਕਰ ਦੇਣਗੇ, ਇਹਨਾਂ ਦੇ ਪੱਤੇ ਕੁਛ ਨਹੀਂ। ਔਰ ਤੁਸੀਂ ਦੇਖੋਗੇ ਰੋਸ਼ਨ ਦਿਮਾਗ ਇਹਨਾਂ ਦਾ, ਰੋਸ਼ਨ ਦਿਮਾਗ ਜਿਹੜਾ ਇਹਨਾਂ ਦਾ, ਦੇਖੋ ਲੋਕ ਮਾਲਵੇ ਦੇ ਕਿਵੇਂ ਖਤਮ ਕਰਨਗੇ। ਇਹ ਮੈਂ ਬਸ ਕਹਿਣਾ ਚਾਹੁੰਦਾ, ਸਾਡੇ ਵਰਗੇ ਜਿਹੜੇ ਬੰਦੇ ਇੱਕ ਸੰਤਾ ਬਣਾ ਦਿੱਤਾ ਪਾਰਟੀ ਨੇ ਗੰਦ ਦਾ ਢੇਰ, ਔਰ ਗੰਦ ਦੇ ਢੇਰ ਤੋਂ ਅਸੀਂ ਉੱਭਰ ਕੇ ਆਵਾਂਗੇ ਸੋਨੇ ਵਾਂਗੂ, ਤੇ ਇਹ ਵੇਖਣਾ ਪਊ ਪਾਰਟੀ ਨੂੰ ਵੀ ਸੋਨਾ ਕਿਹੜਾ ਤੇ ਰੋਸ਼ਨ ਦਿਮਾਗ ਕਿਹੜਾ। ਤਾਂ ਤੁਸੀਂ ਇੰਨਾ ਜ਼ਲੀਲ ਹੋਇਆ ਸਮਝ ਰਹੇ ਹੋ ਆਪਣੇ ਆਪ ਨੂੰ ਕਿ ਤੁਹਾਨੂੰ ਲੱਗਦਾ ਵੀ ਗੰਦ ਦੇ ਢੇਰ ਤੇ ਬਿਠਾਤਾ ਪਾਰਟੀ ਨੇ? ਮੈਂ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕਹਿਣਾ ਚਾਹੁੰਦਾ, ਜਿਹੜੇ ਆਸੇ ਪਾਸੇ ਜਿਹਨਾਂ ਪਰਿਵਾਰਕ ਬਾਤ ਦੇ ਵਿੱਚ ਫੈਸਲੇ ਕਰਦੇ ਰਹੇ ਆ ਉਹ ਸਾਡੇ ਤੇ ਕਾਬਜ਼ ਹੋ ਚੁੱਕੇ। ਮੈਂ ਮਾਲਵੇ ਦੇ ਮੰਨਾ, ਮੈਂ ਮਾਲਵੇ ਦੀ ਗੱਲ ਕਰਨਾ ਚਾਹੁੰਦਾ ਬਸ। ਮਾਲਵੇ ਦੇ ਵਿੱਚ ਇੱਕ ਰਾਜਾ ਵੜਿੰਗ ਹੋਰਾਂ ਨੂੰ ਮੰਤਰੀ ਲਾਇਆ ਗਿਆ ਜਾਂ ਮਾਰਕਫੈਡ ਦੇ ਚੇਅਰਮੈਨ ਲੱਗੇ ਨੇ ਪਿਛਲੇ ਦਿਨੀ ਕੁਸ਼ਲਦੀਪ ਸਿੰਘ ਢਿੱਲੋਂ, ਕੀ ਉਹਨਾਂ ਵਾਲਾ ਇਸ਼ਾਰਾ ਤੁਹਾਡਾ, ਉਹਨਾਂ ਤੇ ਇਤਰਾਜ਼ ਹੈ? ਇਸ਼ਾਰਾ ਨਹੀਂ, ਜਿਹੜੇ ਰੋਸ਼ਨ ਦਿਮਾਗ ਨੇ, ਜਿਹੜੇ ਇਸ ਵੇਲੇ ਰੋਸ਼ਨ ਦਿਮਾਗ ਨੇ ਜਿਹੜੇ ਪੰਜਾਬ ਦੇ ਵਿੱਚ, ਜਿਹੜੇ ਰੋਸ਼ਨ ਦਿਮਾਗ ਨੇ, ਬੜੇ ਤਹਿਜ਼ੀਬ ਨਾਲ, ਬੜੀ ਸਿਆਣਪ ਨਾਲ, ਬੜੇ ਸ਼ਰੋ ਸ਼ਰੀ ਗੱਲ ਕਰਦੇ ਨੇ, ਉਹਨਾਂ ਪ੍ਰਤੀ ਮੇਰਾ ਇਸ਼ਾਰਾ। ਕੀ ਲੱਗਦਾ ਕੀ ਕਾਰਨ ਨੇ ਕਾਂਗੜ ਸਾਹਿਬ, ਕੀ ਤੁਹਾਡੇ ਕੰਮ ਦੇ ਵਿੱਚ ਵਿਘਨ ਪਾ ਰਹੇ ਨੇ ਉਹ ਜਾਂ ਕੋਈ ਹੋਰ ਕਾਰਨ ਨੇ? ਕਹਿਣਾ ਮੈਂ ਸਾਰੀ ਗੱਲ ਬਿਆਨ ਕਰ ਦਿੱਤੀ, ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ। ਇੱਕ ਸਮਾਂ ਦੱਸੂਗਾ ਜੀ, ਮੇਰੀ ਗੱਲ ਸੁਣ ਲਓ, ਸਮਾਂ ਆਉਂਦਾ ਡੇ ਬਾਈ ਡੇ ਪਤਾ ਲੱਗ ਜੂ। ਅਸੀਂ ਕਾਂਗਰਸ ਦੇ ਵਫਾਦਾਰ ਸਿਪਾਹੀ ਹੈ, ਮੈਂ ਕੈਪਟ ਆਪਣੇ ਚੰਨੀ ਸਾਹਿਬ ਦੇ ਨਾਲ ਅੱਜ ਬਿਜਲੀ ਦਾ ਬਿੱਲ ਘਰ ਘਰ ਪਾਲਸੀਆਂ ਲੈ ਕੇ ਗਏ ਆ, ਘਰ ਘਰ ਚੰਨੀ ਕਰਾ ਦਿੱਤੀ ਮੈਂ,
ਹਰੇਕ ਪਿੰਡ ਕਈ ਦੇਖੋ ਮੈਂ ਮੰਤਰੀ ਵੀ ਰਿਹਾ ਕਈਆਂ ਨੇ ਆਨਲਾਈਨ ਛੱਡ ਤੇ ਬਿੱਲ ਮਾਫ਼ ਹੋ ਗਏ ਮੈਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਮਾਫ਼ ਕਰਕੇ ਆਇਆ ਮੈਂ ਚੰਨੀ 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 ਕਰਾਤੀ ਪਿੰਡਾਂ ਦੇ ਮੇਰੀ ਗੱਲ ਸੁਣ ਕਾਂਗੜ ਸਾਹਿਬ ਜਿਸ ਕੈਬਨਿਟ ਦੇ ਵਿੱਚ ਤੁਸੀਂ ਮੰਤਰੀ ਸੀ ਉਸੇ ਕੈਬਨਿਟ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਮੰਤਰੀ ਸੀ ਉਦੋਂ ਕਿਉਂ ਨਹੀਂ ਸਵਾਲ ਚੁੱਕੇ ਗਏ ਅੱਜ ਕਿਉਂ ਕੀ ਲੱਗਦਾ ਨਹੀਂ ਨਹੀਂ ਮੇਰੀ ਗੱਲ ਸੁਣੋ ਇੱਕ ਬੜੀਆਂ ਵੱਡੀਆਂ ਮੈਂ ਉਹੀ ਗੱਲ ਹੈ ਕੋਈ ਬੰਦਾ ਧੁਕਦੀ ਧੂਣੀ ਹੁੰਦੀ ਹੈ ਧੂਣੀ ਧੁਕਦੀ ਧੁਕਦੀ ਅੱਗ ਵੜਦੀ ਹੈ ਜੇ ਪਹਿਲਾਂ ਵੀ ਧੂਣੀ ਧੁਕੀ ਗਈ ਉਦੋਂ ਵੀ ਸਬਰ ਕੀਤਾ ਫਿਰ ਅੱਗ ਤਾਂ ਬਣਨਾ ਹੀ ਹੈ ਨਾ ਉਵੇਂ ਧੁਕੀ ਜਾਵੇ ਹੁਣ ਤਾਂ ਫਿਰ ਅੱਗ ਹੀ ਬਣੂਗੀ ਨਾ ਫਿਰ ਮੇਰੀ ਗੱਲ ਸੁਣੋ ਕਾਂਗੜ ਸਾਹਿਬ ਅੱਗ ਜਿਹੜੀ ਮੱਚੀ ਹੈ ਭਾਂਬੜ ਦਾ ਰੂਪ ਲੈ ਸਕਦੀ ਅੱਗ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਨੂੰ ਜ਼ਲੀਲ ਕੀਤਾ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਗਏ ਕਿ ਤੁਸੀਂ ਜਾ ਸਕਦੇ ਹੋ ਉਹਨਾਂ ਦੇ ਨਾਲ ਉਹਨਾਂ ਦੀ ਵੱਖਰੀ ਸੋਚ ਹੈ ਮੈਂ ਤਾਂ ਆਪਣੀ ਪਾਰਟੀ ਵਿੱਚ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਬੰਦੇ ਕੋਈ ਪ੍ਰੀ ਪਲੈਨਡ ਆਏ ਆ ਪਾਰਟੀ ਨੂੰ ਡਿਸਟਰੋਏ ਕਰਨ ਵਾਸਤੇ ਆਏ ਆ ਉਹਨਾਂ ਵਾਸਤੇ ਤੁਸੀਂ ਸੁਚੇਤ ਰਹੋ ਔਰ ਬੜੀ ਪ੍ਰੀ ਪਲੈਨਿੰਗ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕੋਈ ਆਪਣੀ ਪਾਰਟੀ ਨਾਲ ਹਰਜ ਨੀ ਗਰਜ ਨੀ ਕੋਈ ਪਿਆਰ ਨੀ ਸਿਰਫ ਫਾਰ ਦਾ ਟਾਈਮਿੰਗ ਜਿਹੜੇ ਬੰਦੇ ਇੱਕ ਮਿੱਟੀ ਆਪਣੇ ਹੱਕ ਨਾਲ ਲਾ ਕੇ ਪੁਰਤਾਂ ਦੀਆਂ ਸਹੁੰ ਖਾ ਕੇ ਭਰ ਸਕਦਾ ਬੰਦਾ ਉਹਦਾ ਤੁਸੀਂ ਕਿਵੇਂ ਹੋਵੋਗੇ ਕੀ ਪਲੈਨਿੰਗ ਕੀ ਆ ਫਿਰ ਉਹਨਾਂ ਦੀ ਤੁਸੀਂ ਕਹਿ ਰਹੇ ਹੋ ਪ੍ਰੀ ਪਲੈਨਿੰਗ ਦੇ ਨਾਲ ਆਏ ਆ ਪਲੈਨਿੰਗ ਕੀ ਆ ਉਹਨਾਂ ਦੀ ਕੀ ਪਲੈਨਿੰਗ ਹੋ ਸਕਦੀ ਹੈ ਉਹਨਾਂ ਨੂੰ ਦੇਖੋ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ ਸਭ ਕੁਝ ਕਰ ਦੇਣ ਕੌਣ ਵਾਲੇ ਸਮੇਂ ਦੇ ਵਿੱਚ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੀ ਜਿਤਾ ਕੇ ਭੇਜਿਆ ਕਾਂਗਰਸ ਦੀ ਟਿਕਟ ਤੋਂ ਜਿਤਾ ਕੇ ਭੇਜਿਆ ਮੈਂ ਤਾਂ ਅੱਜ ਤੱਕ ਕਿਸੇ ਦਾ ਨਾਂ ਹੀ ਨਹੀਂ ਲਿਆ ਜੀ ਮੇਰੀ ਗੱਲ ਸੁਣੋ ਮੈਨੂੰ ਕਿਉਂ ਤੁਸੀਂ ਕੀ ਕਹਿੰਦੇ ਇਸ ਗੱਲ ਬਾਰੇ ਮੈਂ ਨਾਂ ਲਿਆ ਕਿਸੇ ਦਾ ਨਹੀਂ ਇਸ਼ਾਰਿਆਂ ਜਿਸ ਤਰੀਕੇ ਨਾਲ ਇਸ਼ਾਰੇ ਕਰ ਰਹੇ ਹੋ ਤੁਸੀਂ ਸ਼ੇਰੋ ਸ਼ਾਇਰੀ ਕੌਣ ਕਰਦਾ ਹੈ ਪੰਜਾਬ ਦੇ ਵਿੱਚ ਮਾਲਵੇ ਦਾ ਮੰਤਰੀ ਕੌਣ ਹੈ ਸ਼ੇਰੋ ਸ਼ਾਇਰੀ ਕਰਦਾ ਜੋ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਇੱਕ ਇੰਡੀਕੇਸ਼ਨ ਦਿੱਤੀ ਹੈ ਮੈਂ ਕਿਸੇ ਦਾ ਨਾਂ ਲਿਆ ਨਹੀਂ ਫਿਰ ਜਿਤਾ ਕੇ ਤਾਂ ਉਹਨਾਂ ਨੂੰ ਭੇਜਿਆ ਲੋਕਾਂ ਨੇ ਜਿਤਾ ਕੇ ਭੇਜਿਆ ਤੁਸੀਂ ਕਿਹਾ ਕਿ ਲੋਕ ਜਵਾਬ ਦੇਣਗੇ ਮੇਰੇ ਤੇ ਵੀ ਗੱਲ ਢੁਕਦੀ ਹੋਵੇ ਨਹੀਂ ਚਾਹੇ ਕੋਈ ਵੀ ਮੰਤਰੀ ਹੈ ਚਾਹੇ ਕੋਈ ਵੀ ਹੈ ਜਿਤਾ ਕੇ ਤਾਂ ਭੇਜਿਆ ਉਹਨਾਂ ਨੂੰ ਫਿਰ ਜਿਨ੍ਹਾਂ ਵੱਲ ਵੀ ਇਸ਼ਾਰਾ ਕਰ ਰਹੇ ਹੋ ਤੁਸੀਂ ਕੋਈ ਵੀ ਜਿਤਾ ਕੇ ਭੇਜਿਆ ਕੱਲ੍ਹ ਮੇਰਾ ਵੀ ਇਹੀ ਹੋ ਸਕਦਾ ਜੀ ਕਾਂਗੜ ਸਾਹਿਬ ਜਿਹੜੇ ਹੋਰ ਮੰਤਰੀ ਨੇ ਚਾਹੇ ਕੈਪਟਨ ਧੜੇ ਦੇ ਜਿਹੜੇ ਮੰਤਰੀ ਸੀਗੇ ਜਿਨ੍ਹਾਂ ਨੂੰ ਮੰਤਰੀ ਪਦ ਤੋਂ ਲਾਹ ਦਿੱਤਾ ਗਿਆ ਕੀ ਲੱਗਦਾ ਜਾਣ ਬੁੱਝ ਕੇ ਜਲੀਲ ਕੀਤਾ ਗਿਆ ਸਾਰਿਆਂ ਨੂੰ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਮੈਂ ਆਪਣੀ ਆਪ ਦੀ ਗੱਲ ਰੱਖਤੀ ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਸੀਐਮ ਚੰਨੀ ਹੋਰਾਂ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਇਸ ਮਸਲੇ ਦੇ ਉੱਤੇ ਗੱਲਬਾਤ ਹੋਈ ਨਿੱਜੀ ਤੌਰ ਤੇ ਔਰ ਚੰਨੀ ਸਾਹਿਬ ਨੂੰ ਜਿੱਥੋਂ ਤੱਕ ਮੇਰੀ ਜਿੰਦ ਜਾਨ ਦੀ ਲੋੜ ਹੈ ਮੈਂ ਉਹ ਵੀ ਖੜਾ ਕਰਵਾਣ ਕਰੂੰ ਪਰ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰ ਵੀ ਪਰਛਾਵੇਂ ਥੱਲੇ ਹਨੇਰਾ ਹੁੰਦਾ ਹੈ ਹਮੇਸ਼ਾ ਵੱਡਾ ਦਰਖਤ ਉੱਗ ਖੜਦਾ ਹੈ ਤੇ ਉਹਦੇ ਥੱਲੇ ਹਨੇਰਾ ਹੁੰਦਾ ਹੈ ਉਹਨੂੰ ਪਛਾਣ ਲੈਣ ਵੀ ਹਨੇਰੇ 'ਚ ਕਿਤੇ ਕਦਮ ਗਲਤ ਨਾ ਖਾਈਏ ਫਿਰ ਕੀ ਕੀ ਗਲਤ ਕਦਮ 'ਚ ਜਾ ਰਹੇ ਨੇ ਸੀਐਮ ਚੰਨੀ ਤੁਹਾਨੂੰ ਲੱਗਦਾ ਇਹ ਤਾਂ ਇੱਕ ਮੇਰੀ ਬੇਨਤੀ ਹੈ ਦੇਖੋ ਤੁਸੀਂ ਕਿਉਂ ਗੱਲ ਗਲਤ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਗਲਤ ਕਦਮ ਨਾ ਚੱਲ ਲੈਣ ਤੁਹਾਨੂੰ ਲੱਗ ਰਿਹਾ ਵੀ ਚੱਲ ਸਕਦੇ ਨੇ ਜਾਂ ਚੱਲ ਰਹੇ ਨੇ ਮੈਨੂੰ ਕੀ ਪਤਾ ਮੈਂ ਤਾਂ ਬੇਨਤੀ ਕਰਤੀ ਜੀ ਮੈਂ ਤਾਂ ਕਿ ਬੇਨਤੀ ਕੀਤੀ ਹੈ ਕਿ ਹਨੇਰਾ ਹੈ ਹਨੇਰੇ ਦੇ ਵਿੱਚ ਕਿਤੇ ਪਰਛਾਵੇਂ ਦੇ ਵਿੱਚ ਗਲਤ ਚੱਲ ਰਿਹਾ ਤੁਰੇ ਫਿਰਨ ਹਨੇਰਾ ਬਹੁਤ ਖਰਾਬ ਕਰ ਦਿੰਦਾ ਹੁੰਦਾ ਕੀ ਲੱਗਦਾ ਜਿਹੜੀ ਸ਼ਾਖ ਜਿਹੜੀ ਆ ਤੁਸੀਂ ਕਹਿ ਰਹੇ ਹੋ ਕਿ ਸਾਡੇ ਸਿਰ ਤੇ ਲਿਆ ਕੇ ਬਿਠਾਤੇ ਨੇ ਜਿਹੜੇ ਕੱਲ੍ਹ ਦੇ ਜਵਾਕ ਜਿਹੜੇ ਨਵੇਂ ਤੁਸੀਂ ਕਈ ਹੋਰ ਵੀ ਸ਼ਬਦ ਜਿਹੜੇ ਵਰਤੇ ਹੈ ਪਰ ਕੀ ਲੱਗਦਾ ਤੁਹਾਡੇ ਨਾਲ ਦੁਬਾਰਾ ਜਿਹੜਾ ਚੰਗਾ ਵਿਵਹਾਰ ਕੀਤਾ ਜਾਊਗਾ ਆਸ ਹੈਗੀ ਹੈ ਜਾਂ ਕੈਪਟਨ ਵਾਂਗ ਤੁਸੀਂ ਵੀ ਪਾਸੇ ਹੋ ਸਕਦੇ ਹੋ ਦੇਖੋ ਮੈਂ ਪਾਰਟੀ ਤੋਂ ਪਾਸੇ ਨਹੀਂ ਹੋ ਸਕਦਾ ਮੇਰੀ ਜਿੰਦ ਜਾਨ ਹੈ ਕਾਂਗਰਸ ਪਾਰਟੀ ਇਹ ਚ ਹੀ ਮਰਨਾ ਮੈਂ ਉਹਨਾਂ ਵਾਂਗੂ ਨਹੀਂ ਬਾਰ ਬਾਰ ਪਾਰਟੀਆਂ ਬਣਾਉਣ ਵਾਲਾ ਬੰਦਾ ਇੱਧਰ ਆ ਗਿਆ ਇੱਧਰ ਆ ਗਿਆ ਕੋਈ ਅਮਰੀਕਾ ਚ ਲੁੱਟ ਲਿਆ ਕੋਈ ਕੈਨੇਡਾ ਚ ਲੁੱਟ ਲਿਆ ਮੇਰਾ ਉਹ ਨਹੀਂ ਕੋਈ ਮਿਸ਼ਨ ਜਿਹੜੇ ਅੱਜ ਵੀ ਸਾਡੇ ਲੋਕ ਕਹਿੰਦੇ ਆ ਵੀ ਫਲਾਣੇ ਆਏ ਸੀ ਨਵੀਂ ਪਾਰਟੀ ਬਣਾ ਕੇ ਸਾਨੂੰ ਇੰਨਾ ਲੁੱਟ ਕੇ ਲੈ ਗਏ ਸਾਨੂੰ ਮੂੰਹ ਤੇ ਗੱਲਾਂ ਚਪੇੜਾ ਮਾਰਦੇ ਆ ਮੈਂ ਉਹ ਜਿਹਾ ਕੰਮ ਨਹੀਂ ਕਰਨ ਵਾਲਾ ਨਾ ਮੈਂ ਕਿਸੇ ਪਾਰਟੀ 'ਚ ਹੋਰ ਜਾਣਾ ਹੈ ਨਾ ਮੈਂ ਕਾਂਗਰਸ ਪਾਰਟੀ ਦੀ ਮੈਂ ਚੰਨੀ ਸਾਹਿਬ ਦੇ ਨਾਲ 200% ਹੈ ਸਰਕਾਰ ਬਣਾਵਾਂਗੇ ਪਰ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਧਿਆਨ ਦੇਵੋ ਬਸ ਕੈਪਟਨ ਅਮਰਿੰਦਰ ਸਿੰਘ ਦੇ ਵੀ ਨਜ਼ਦੀਕੀ ਰਹੇ ਹੋ ਤੁਸੀਂ ਅਪਰੋਚ ਕੀਤਾ ਉਹਨਾਂ ਨੇ ਕੋਈ ਗੱਲਬਾਤ ਕੀਤੀ ਪਾਰਟੀ ਬਣਾਉਣ ਤੋਂ ਬਾਅਦ ਮੇਰੀ ਗੱਲ ਸੁਣੋ ਲੋਇਲਟੀ ਬੜੀ ਵੱਡੀ ਗੱਲ ਹੁੰਦੀ ਹੈ ਮੈਂ ਉਹ ਬੰਦਾ ਨਹੀਂ ਮੈਂ ਉਹ ਝੂਠ ਨਹੀਂ ਵੀ
ਮਿਲਣਾ, ਜੇ ਚੰਨੀ ਨੂੰ ਮਿਲਣਾ ਚੰਨੀ ਨੇ ਕੌਣ ਗਾਉਣ ਲੱਗ ਜਾ, ਜਦੋਂ ਅਮਰਿੰਦਰ ਨੂੰ ਮਿਲਣਾ ਮਿਲ 20 ਸਾਲ ਕੱਟਣਾ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਕੀ ਨਾਂ ਤੁਹਾਡਾ ਜੀ 20 ਸਾਲ ਅਮਰਿੰਦਰ ਸਿੰਘ ਦੇ ਨਾਲ ਰਿਹਾ ਚਟਾਨ ਵਾਂਗੂ ਤਖ਼ਤ ਨਹੀਂ ਕੱਟਿਆ ਅੱਜ ਚੰਨੀ ਸਾਹਿਬ ਦੇ ਨਾਲ ਖੜਾ ਗੱਲ ਲੈ ਜੇ ਚੰਨੀ ਸਾਹਿਬ ਤੋਂ ਪਕਸ਼ ਨਹੀਂ ਹੋ ਸਕਦੇ ਤਾਂ ਪਾਰਟੀ ਤੋਂ ਨਹੀਂ ਹੋ ਸਕਦੇ ਪਰ ਜਿਹੜੀਆਂ ਨਾਰਾਜ਼ਗੀਆਂ ਨੇ ਸਿੱਧੂ ਸਾਹਿਬ ਮੇਰੀ ਗੱਲ ਸੁਣ ਲਓ ਸਾਡੇ ਦੋ ਲੀਡਰ ਨੇ ਸਿੱਧੂ ਸਾਹਿਬ ਜੀ ਸਾਡੇ ਸੀਐਮ ਚੰਨੀ ਸਾਹਿਬ ਨੇ ਜੋ ਪਾਰਟੀ ਸਾਨੂੰ ਹੁਕਮ ਕਰੂਗੀ ਸਿੱਧੂ ਸਾਹਿਬ ਕਹਿਣਗੇ ਅਸੀਂ ਉੱਥੇ ਖੜਾਂਗੇ ਮੇਰੀ ਗੱਲ ਸੁਣ ਲਓ ਦੋਵਾਂ ਦੀ ਇੱਕ ਜੋੜੀ ਹੈ ਅਸੀਂ ਉੱਧਰ ਨੂੰ ਤੁਰਾਂਗੇ ਪਰ ਜਿਹੜੀਆਂ ਨਾਰਾਜ਼ਗੀਆਂ ਨੇ ਤੁਸੀਂ ਗੱਲ ਕਰ ਰਹੇ ਹੋ ਲੱਗਦਾ ਦੂਰ ਹੋਣਗੀਆਂ ਇਹ ਮੈਨੂੰ ਕੀ ਪਤਾ ਜੀ ਇਹਦੇ ਬਾਰੇ ਮੈਂ ਤਾਂ ਕਹਿਤਾ ਤੁਹਾਡੇ ਸਾਹਮਣੇ ਮੈਂ ਤਾਂ ਪ੍ਰੈਸ ਨੂੰ ਰਿਲੀਜ਼ ਕਰਤੀ ਸੀ ਜੋ ਮੇਰੇ ਮਨ ਦੀਆਂ ਭਾਵਨਾ ਸੀ ਮੈਂ ਦੱਸਤੀਆਂ ਸੀ ਤੁਸੀਂ ਭਾਵਨਾਵਾਂ ਰੱਖੀਆਂ ਤੁਹਾਨੂੰ ਲੱਗਦਾ ਭਾਵਨਾਵਾਂ ਦੀ ਕਦਰ ਪਾਈ ਜਾਊਗੀ ਸੀਐਮ ਦੇ ਵੱਲੋਂ ਇੱਕ ਹੁਣ ਕਹਿੰਦੇ ਅਗਲੇ ਦੀ ਸਾਰੇ ਸੂਝਵਾਨ ਬੰਦੇ ਆ ਸਾਰੇ ਇੱਡੀਆਂ ਪਰਸਨੈਲਿਟੀਆਂ ਨੇ ਮੈਂ ਤਾਂ ਉਹਨਾਂ ਤੋਂ ਆਸ ਹੀ ਮੰਗ ਸਕਦਾ ਮੈਂ ਤਾਂ ਉਮੀਦ ਕਰ ਸਕਦਾ ਹੋਰ ਤਾਂ ਕੁਛ ਨਹੀਂ ਕਰ ਸਕਦਾ ਤੁਹਾਡੇ ਨਾਲ ਵਾਈਸ ਪ੍ਰੈਜ਼ੀਡੈਂਟ ਰਹੇ ਆ ਕਾਂਗਰਸ ਦੇ ਇੱਕ ਵੇਲੇ ਚੰਗੀ ਸਾਂਝ ਵੀ ਹੋਊ ਕੈਬਨਿਟ ਦੇ ਨਾਲ ਕੈਬਨਿਟ ਦੇ ਵਿੱਚ ਵੀ ਤੁਹਾਡੇ ਨਾਲ ਰਹੇ ਨੇ ਸੀਐਮ ਤੇ ਕੀ ਲੱਗਦਾ ਫਿਰ ਆਸ ਵੱਡੀ ਹੋ ਸਕਦੀ ਹੈ ਮੈਨੂੰ ਆਸ ਹੈ ਉਹਨਾਂ ਤੇ ਬਹੁਤ ਵੱਡੀ ਆਸ ਹੈ ਹਰੇਕ ਬੇ ਮਤਲਬ ਵੇਟ ਐਂਡ ਵਾਚ ਕਰਕੇ ਵੇਖਣਗੇ ਤੇ ਜੇ ਅੱਖਾਂ ਮੀਚ ਕੇ ਬੰਦ ਕਰ ਲੈਣਗੇ ਫਿਰ ਆਪੇ ਉਹਨਾਂ ਦਾ ਨੁਕਸਾਨ ਹੋਈ ਜਾਂ ਸਰੀ ਹੋਊਗਾ ਫਿਰ ਉਹਨਾਂ ਦਾ ਕੀ ਹੋਊਗਾ ਫਿਰ ਨਾਲ ਰਹੋਗੇ ਤੁਸੀਂ ਜੇ ਅੱਖਾਂ ਮੀਚ ਲੈਂਦੇ ਨੇ ਨਾਲ ਰਹੋਗੇ ਫਿਰ ਤੁਸੀਂ ਇਹਦਾ ਟਾਈਮ ਦੱਸੂਗਾ ਜੀ ਫਿਰ ਇਹ ਫਿਰ ਸਮਾਂ ਦੱਸੂਗਾ ਤਾਂ ਫਿਰ ਗੁਰਪ੍ਰੀਤ ਕਾਂਗੜ ਵੀ ਸਮਾਂ ਆਉਣ ਤੇ ਪਾਸੇ ਹੋ ਸਕਦੇ ਆ ਫਿਰ ਇਹ ਕਿਹਾ ਜਾ ਸਕਦਾ ਨਹੀਂ ਮੈਂ ਕਾਂਗਰਸ ਪਾਰਟੀ ਤੋਂ ਰਾਹੁਲ ਗਾਂਧੀ ਤੋਂ ਪਾਸੇ ਨਹੀਂ ਹੋ ਸਕਦਾ ਮੇਰੇ ਹਰੀਸ਼ ਚੌਧਰੀ ਨੇ ਉਹ ਮੈਨੂੰ ਅੱਧੀ ਰਾਤ ਜਣ ਕਹਿਣ ਰਾਤ ਕਹਿਣ ਮੈਂ ਉਹਦੇ ਨਾਂ ਤੇ ਖੜੂੰਗਾ ਕਾਂਗੜ ਸਾਹਿਬ ਏਜੀ ਨੂੰ ਲੈ ਕੇ ਵੀ ਜਿਸ ਤਰੀਕੇ ਦੇ ਨਾਲ ਸਵਾਲ ਚੁੱਕੇ ਜਾ ਰਹੇ ਆ ਨਾਲ ਹੀ ਨਾਲ ਡੀਜੀਪੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਆ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਉਹਨਾਂ ਨੂੰ ਬਦਲਣਾ ਚਾਹੀਦਾ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਮੈਂ ਤਾਂ ਫਿਰਦਾ ਜਨਤਾ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਸਾਡੇ ਏਜੀ ਸਾਹਿਬ ਨੇ ਸਾਰਾ ਦਾ ਨੰਗਾ ਇਰਾ ਉਹ ਵੱਡੇ ਤੋਂ ਵੱਡਾ ਸਿਆਸੀ ਬੰਦਾ ਹੋਵੇ ਮੈਂ ਏਜੀ ਸਾਹਿਬ ਨਾਲ ਮੈਂ ਜਾਣ ਪਛਾਣ ਹੈ ਨਹੀਂ ਮੇਰੀ ਨਾ ਮੈਂ ਉਹਨਾਂ ਨੂੰ ਜਾਣਦਾ ਹੈ ਜੋ ਮੈਨੂੰ ਆਪਣੀ ਸੂਝ ਮੂੰਹ ਮੁਤਾਬਿਕ ਜਾਂ ਅਖਬਾਰਾਂ ਦੀ ਖਬਰਾਂ ਮੁਤਾਬਕ ਜੋ ਵੱਡੇ ਤੋਂ ਵੱਡੇ ਬੰਦਿਆਂ ਦੇ ਚਿਹਰੇ ਤੇ ਵੱਡੇ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦੇ ਚਿਹਰੇ ਨਕਾਬ ਕੀਤੇ ਹੈ ਉਹਨਾਂ ਨੂੰ ਇਸ ਵੇਲੇ ਜੋ ਧੱਕਣਾ ਤਾਂ ਬਹੁਤ ਮਾੜੀ ਗੱਲ ਹੈ ਤੇ ਗੁਰੂ ਸਾਹਿਬ ਦੀ ਬੇਅਬਦੀ ਨਿਕਲਣੀ ਨੀ ਉਹ ਕੋਈ ਵਿਰੋਧ ਕਰਦਾ ਹੋਵੇ ਮੈਨੂੰ ਕਿਸੇ ਨਾਲ ਨਹੀਂ ਮੈਨੂੰ ਗੁਰੂ ਸਾਹਿਬ ਨਾਲ ਪਿਆਰ ਹੈ ਇੱਥੇ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਵੀ ਫਲਾਨਾ ਏ ਜੀ ਲੱਗਣਾ ਜਿਹੜੇ ਏ ਜੀ ਨੇ ਖੜੇ ਕਰਕੇ ਮੁਰਦਿਆਂ ਚ ਜਾਨ ਪਾ ਦਿੱਤੀ ਕਿ ਅੱਜ ਆਪਾਂ ਉਹਨੂੰ ਕੱਢਾਂਗੇ ਤੇ ਮੈਨੂੰ ਐਂ ਤਾਂ ਦੱਸੋ ਵੀ ਅਸੀਂ ਕਿੱਥੇ ਖੜਾਂਗੇ ਮੈਨੂੰ ਐਂ ਤਾਂ ਦੱਸ ਦਿਓ ਲਿਫਾਫਾ ਖੁੱਲ ਲਿਆ ਮੇਰੀ ਗੱਲ ਜੀ ਜੋ ਮੈਂ ਅਖਬਾਰ ਚ ਸੁਣਿਆ ਜਾਂ ਮੈਂ ਇਹਨੂੰ ਜਿੰਨੀ ਕੁ ਸੂਝਬੂਝ ਅਦਾਲਤਾਂ ਪੱਖੋਂ ਹੈ ਡਰੱਗ ਦਾ ਮਾਮਲਾ ਆਪਣਾ ਲਿਫਾਫਾ ਖੁੱਲ ਰਿਹਾ 8 ਤਰੀਕ ਨੂੰ ਬਾਬੇ ਕੋਲੇ ਜਾ ਰਹੇ ਹੈ ਤੇ ਜੇ ਇੱਥੋਂ ਤੱਕ ਗੁਰੂ ਸਾਹਿਬ ਦੀ ਬੇਅਬਦੀ ਬਾਰੇ ਏ ਜੀ ਨੇ ਸਾਡੇ ਨੇ ਐਡਾ ਵੱਡਾ ਸਟੈਂਡ ਲੈ ਕੇ ਖੜਾ ਕਰ ਦਿੱਤਾ ਤੇ ਇਦੂ ਬਾਅਦ ਹੋਰ ਚੰਗਾ ਏ ਜੀ ਕਿੱਥੋਂ ਪੜੋਗੇ ਤੁਸੀਂ ਮੈਨੂੰ ਦੱਸੋਗਾ ਹਾਲਾਂਕਿ ਮੈਂ ਏ ਜੀ ਸਾਹਿਬ ਦਾ ਨਾਂ ਹੀ ਸੁਣਿਆ APS ਦੇ ਔਰ ਔਰ ਲੋਕਾਂ ਦੀ ਦੰਦ ਕਥਾ ਪਿੰਡਾਂ ਦੀ ਮੈਂ ਇਹ ਨੀ ਕਹਿੰਦਾ ਵੀ ਫਲਾਨਾ ਲਾਓ ਤੇ ਨਾ ਮੈਂ ਕਿਸੇ ਹੋਰ ਨੂੰ ਜਾਣਦਾ ਪਰ ਜਿਹਦੀ ਪਰਫਾਰਮੈਂਸ ਜਿਹਨੇ ਅੱਜ ਤਰੀ ਤੇ ਸਰੋਂ ਜਮਾ ਦਿੱਤੀ ਇੱਥੋਂ ਮੈਨੂੰ ਐਂ ਦੱਸ ਦਿਓ ਇਸ ਤੋਂ ਬਾਅਦ ਹੋਰ ਚੰਗਾ ਕੀ ਹੋ ਸਕਦਾ ਸੋ ਮੈਂ ਇਸ ਗੱਲ ਦੇ ਵਿੱਚ ਬਹੁਤ ਸ਼ੋਕ ਦੇ ਵਿੱਚ ਹੈ ਜੇ ਇਹ ਬੰਦੇ ਜਿਹੜੇ ਨੇ ਗੰਦੇ ਬੰਦਿਆਂ ਨੂੰ ਨਾਚ ਕਰਾ ਕੇ ਸਾਹਮਣੇ ਚਿਹਰੇ ਨੰਗੇ ਕਰ ਦਿੱਤੇ ਤੇ ਉਹਨਾਂ ਨੂੰ ਵੀ ਅੱਜ ਅਸੀਂ ਡਿਨਾਈ ਕਰਕੇ ਤਾਂ ਮਾਰੀ ਕਰਦਾ ਪਰ ਤੁਹਾਡੇ ਲੀਡਰ ਹੀ ਕਹਿ ਰਹੇ ਨੇ ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੇਰੇ ਲੀਡਰ ਨੇ ਤੇ ਜਿੱਥੇ ਖੜਾਉਣਗੇ ਮੈਂ ਖੜਾਂਗਾ ਉਹੀ ਕਹਿ ਰਹੇ ਨੇ ਬਦਲਣਾ ਚਾਹੀਦਾ ਦੇਖੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਉਹਨਾਂ ਨੂੰ ਸਾਰਾ ਪੱਖ ਪਾ ਦੇਖਣਾ ਚਾਹੀਦਾ ਇੱਕ ਜਿਹੜਾ ਵਕੀਲ ਹੈ ਉਹ ਪ੍ਰੋਫੈਸ਼ਨਲ ਹੈ ਮੈਂ ਮੇਰਾ ਕੇਸ ਲੈਣਾ ਮੈਂ 2 ਰੁਪਏ ਦੇਵਾਂ 5 ਰੁਪਏ ਦੇਵਾਂ ਉਹਨਾਂ ਦੀ ਫੀਸ ਹੈ ਹਰੇਕ ਬੰਦਾ ਵਕੀਲ ਉੱਥੇ ਦੇਖੋ ਹਾਈ ਕੋਰਟ ਲਾ ਲਓ ਸਿਵਲ ਕੋਰਟ ਲਾ ਲਓ ਲੋਅਰ ਕੋਰਟ ਲਾ ਲਓ ਵਕੀਲਾਂ ਦੇ ਆਪਦੇ ਅੱਡੇ ਬਣੇ ਹੋਏ ਨੇ ਮੈਨੂੰ ਜਿਹੜਾ ਚੰਗਾ ਕਾਬਲੀਅਤ ਲੱਗਦਾ ਮੈਂ ਹਰੇਕ ਕੋਲੇ ਜਾ ਸਕਦਾ ਮੇਰੇ ਆਪੋਨੈਂਟ ਦਾ ਵਕੀਲ ਚੰਗਾ ਹੋਵੇ ਮੈਂ ਉਹਦੇ ਕੋਲੇ ਵੀ ਜਾ ਕੇ ਕਹਿ ਸਕੂ ਇੱਥੇ ਸਾਨੂੰ ਦੇਖੋ ਜਿੱਥੇ ਤੱਕ ਮੈਂ ਆਪਦੀ ਜ਼ਿੰਦਗੀ ਦਾ ਮੈਨੂੰ
ਮਤਲਬ ਮੈਂ ਆਪਦਾ ਅਹਿਸਾਸ ਕੀਤਾ ਜੋ ਮੈਂ ਆਪਦੀਆਂ ਲੜਾਈਆਂ ਆਪਦੀਆਂ ਬਹੁਤ ਜਸਤੀ ਲੜਾਈ ਲੜ ਕੇ ਮੈਂ ਆਪਦੇ ਕਤਲਾਂ ਦੇ ਵਿੱਚੋਂ ਵੀ ਮੇਰੇ ਦੇ ਕਤਲ ਦੇ ਪਰਚੇ ਵੀ ਹੋਏ ਜਿੰਨੇ ਮੈਂ ਫੇਸ ਕੀਤੇ ਆ ਮੇਰੇ ਖਿਆਲ ਪੰਜਾਬ ਚ ਕੋਈ ਵੇਖ ਨੀ ਰਿਹਾ ਹੋਣਾ ਵੀ ਜਿੰਨਾ ਮੈਂ ਕੀਤਾ ਰਹੀਆਂ ਚ ਦਸ ਦਸ ਸਾਲ ਧੱਕੇ ਖਾਦੇ ਮੇਰੇ ਝੂਠੇ ਪਰਚੇ ਹੋਏ ਪਰ ਜਿਹੜਾ ਵਕੀਲ ਕਾਬਲੀਅਤ ਰੱਖਦਾ ਉਹ ਬੰਦੇ ਨੂੰ ਇਨਸਾਫ਼ ਦਵਾ ਸਕਦਾ ਸੋ ਮੈਂ ਵੇਖਿਆ ਕਾਬਲੀਅਤ ਦੀ ਗੱਲ ਹੈ ਜਾਂ ਮੈਂ ਆਸੇ ਪਾਸੇ ਸੁਣੀ ਗੱਲ ਹੈ ਜਾਂ ਮੈਂ ਆਪਦੇ ਪੰਜਾਬ ਦੇ ਜਿੰਨਾ ਕੁ ਵਿਚਰਦਾ ਸੋ ਉਹਨਾਂ ਦੀ ਅੱਜ ਪਰਫੋਰਮੈਂਸ ਵੇਖੀ ਹੈ ਮੈਂ ਉਹਨਾਂ ਤੋਂ ਬਾਰੇ ਜਾਣਾ ਇਹ ਕੰਮ ਸਾਨੂੰ ਸੋਚਣਾ ਚਾਹੀਦਾ ਸਾਡੇ ਪ੍ਰਧਾਨ ਸਾਹਿਬ ਨੂੰ ਵੀ ਐਵੇਂ ਛੋਟੀਆਂ ਲੜਾਈਆਂ 'ਚ ਨਹੀਂ ਪੈਣਾ ਚਾਹੀਦਾ ਵੀ ਫਲਾਨਾ ਲਾ ਦਿਓ ਚੌਂਕਾ ਲਾ ਦਿਓ ਇਹ ਗੱਲ ਦੇਖਾਂ 'ਚ ਮੈਂ ਤਾਂ ਨੀ ਕਹਿੰਦਾ ਵੀ ਕੰਮ ਵੇਖੋ ਅੱਜ ਕਚਹਿਰੇ 'ਚ ਖੜਾ ਤੇ ਕੱਲ ਨੂੰ ਜਾ ਰਹੇ ਹੈ ਉਹ ਸੌਦਾ ਸਾਹਿਬ ਦੇ ਕੋਲੇ ਇਨਵੈਸਟੀਗੇਸ਼ਨ ਕਰਨ ਵਾਸਤੇ ਉਹ ਕਿਹਨੇ ਖੜੇ ਕੀਤੇ ਤੇ ਕਿਸ ਦਿਓ ਨੇ ਕੀਤੇ ਜਿਹੜੇ 16 ਤੇ ਨੂੰ ਲਿਫਾਫਾ ਖੁੱਲ ਰਿਹਾ ਸਾਢੇ 400 ਲੜੀਆਂ ਦਾ ਖੁੱਲਿਆ ਨੀ ਤੇ ਕਿਹਨੇ ਖੋਲਿਆ ਇਹ ਕਿਸ ਦਿਓ ਨੇ ਖੋਲਿਆ ਅੱਜ ਕ੍ਰੈਡਿਟ ਕੱਲ ਨੂੰ ਆ ਕੇ ਕੋਈ ਹੋਰ ਲੈ ਲਏ ਬੰਦ ਪੱਕੀ ਗੱਲ ਹੈ ਜੀ ਬਿਲਕੁਲ ਮੈਂ ਦੇਖੋ ਮੇਰੀ ਗੱਲ ਸੁਣ ਲਓ ਮੈਂ ਚਾਪਲੂਸ ਬੰਦਾ ਨੀ ਮੈਂ 20 ਸਾਲ ਅਮਰਿੰਦਰ ਸਿੰਘ ਦੇ ਨਾਲ ਖੜਾ ਅੱਜ ਮੈਂ ਉਹਨੂੰ ਦਿਲੋਂ ਪਿਆਰ ਕਰਦਾ ਅਮਰਿੰਦਰ ਸਿੰਘ ਨੂੰ ਮੈਂ ਦਿਲੋਂ ਪਿਆਰ ਕਰਦਾ ਪਰ ਅੱਜ ਉਹ ਠੀਕ ਹੈ ਉਹਨਾਂ ਦੀ ਲਾਈਨ ਪਾਟ ਗਈ ਉਹਨਾਂ ਨੇ ਆਪਣਾ ਜਿਹੜਾ ਹੈਗਾ ਸੀ ਪਾਰਟੀ ਛੱਡੀ ਹੈ ਮੈਂ ਇਸ ਕਰਕੇ ਉਹਨਾਂ ਦੇ ਨਾਲ ਨੀ ਪਰ ਮੈਂ ਉਹਨਾਂ ਦਾ ਅੱਜ ਵੀ ਦਿਲੋਂ ਸਤਿਕਾਰ ਕਰਦਾ ਸਾਡੇ ਚੀਫ ਮਿਨਿਸਟਰ ਰਹੇ ਨੇ ਜੇ ਬੁਲਾਉਂਦੇ ਨੇ ਜੇ ਅੱਜ ਬੁਲਾਉਂਦੇ ਨੇ ਜਾਓਗੇ ਫਿਰ ਨਹੀਂ ਬਿਲਕੁਲ ਨਹੀਂ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਦੇਖੋ ਮੇਰੇ ਮਨ ਦੇ ਦਿਲ ਦੇ ਵਿੱਚ ਬਹੁਤ ਡੂੰਘਾ ਹੈ ਦੇਖੋ ਆਮ ਬੰਦੇ ਬਹੁਤ ਜਲਦੀ ਭੁੱਲ ਜਾਂਦੇ ਨੇ ਮੈਂ ਇੱਕ ਇਮੋਸ਼ਨਲ ਬੰਦਾ ਜਿਹਨੇ ਮੈਨੂੰ ਮੈਂ ਇੰਡੀਪੈਂਡੈਂਟ ਇਲੈਕਸ਼ਨ ਲੜਿਆ ਸੀ ਮੈਨੂੰ ਘਰੇ ਸੱਦ ਕੇ ਉਹਨੇ ਟਿਕਟ ਦਿੱਤੀ ਸੱਤ ਦੇ ਵਿੱਚ ਉੱਥੋਂ ਬਾਅਦ 12 ਇੰਚ ਦਿੱਤੀ 17 ਇੰਚ ਦਿੱਤੀ ਮੈਂ ਜਿੱਤ ਕੇ ਮਿਨਿਸਟਰ ਬਣਾਇਆ ਮੈਨੂੰ ਸਾਡਾ ਖੂਨ ਇੰਨਾ ਗੰਦਾ ਨੀ ਪਰਿਵਾਰ ਦਾ ਵੀ ਅਸੀਂ ਮਨਮਿੰਦਰ ਸਿੰਘ ਨੂੰ ਭੁੱਲ ਸਕਾਂਗੇ ਪਰ ਇੱਕ ਗੱਲ ਪਰ ਅੱਜ ਉਹ ਪਾਰਟੀ ਛੱਡ ਗਏ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਪਾਰਟੀ 'ਚ ਰਹਿਣਾ ਚਾਹੀਦਾ ਤੁਹਾਡਾ ਸਤਿਕਾਰ ਪਾਰਟੀ ਦੇ ਵਿੱਚ ਬਹੁਤ ਮਾਨਤ ਕਰ ਰਿਹਾ ਇਸ ਕਰਕੇ ਇੱਥੇ ਮੇਰਾ ਉਸ ਨਾਲ ਕੰਪਰੋਮਾਈਜ਼ ਨਹੀਂ ਹੋ ਸਕਦਾ ਕਿਸੇ ਕਿਵੇਂ ਮੈਂ ਪਾਰਟੀ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਬਹੁਤ ਕਿਉਂ ਉਹਨਾਂ ਨੇ ਵੀ ਉਹਨਾਂ ਨੂੰ ਬਣਾਇਆ ਸੀ ਉਹਨਾਂ ਸਦਕੇ ਵੀ ਅਸੀਂ ਬਣੇ ਸੀ ਮੈਨੂੰ ਵੈਸਟ ਬੰਗਾਲ ਦਾ ਇੰਚਾਰਜ ਵੀ ਰਹਿਰ ਆਉਂਦਾ ਸੀ ਮੇਰੇ ਤੇ ਬੰਬ ਬਲਾਸਟ ਵੀ ਹੋਇਆ ਉਦੋਂ ਮੇਰੇ ਨਾਲ ਦੇ ਦੋ ਬਹੁਤ ਭੈੜੀ ਤਰ੍ਹਾਂ ਜ਼ਖਮੀ ਵੀ ਹੋਏ ਸੀ ਮੈਂ ਵੀ ਜ਼ਖਮੀ ਹੋਇਆ ਸੀ ਪਰ ਅਸੀਂ ਬੇਪਰਾਹ ਹੋ ਕੇ ਵੈਸਟ ਬੰਗਾਲ ਦੇ ਵਿੱਚ ਯੂਸ ਐਕਟੀਵੇਟ ਕੀਤਾ 2008 ਦੇ ਵਿੱਚ ਮੈਂ ਆਪਦੀ ਜਿੰਦਦਾਨ ਵੀ ਕਾਂਗਰਸ ਪਾਰਟੀ ਨੇ ਲਈ ਸੀ ਪਰ ਮੈਂ ਕਾਂਗਰਸ ਪਾਰਟੀ ਨਹੀਂ ਛੱਡਦਾ ਸ਼ੁਕਰੀਆ ਕਾਂਗੜ ਸਾਹਿਬ ਤਾਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸਾਡੇ ਨਾਲ ਜੁੜੇ ਸੀ ਪਾਰਟੀ ਦੇ ਨਾਲ ਨਾਰਾਜ਼ਗੀਆਂ ਨੇ ਮਾਲਵੇ ਦੇ ਇੱਕ ਮੰਤਰੀ ਦੇ ਖਿਲਾਫ਼ ਬਿਆਨਬਾਜ਼ੀ ਕੀਤੀ ਹੈ ਕਿ ਮਾਲਵੇ ਦੇ ਜਿਹੜੇ ਮੰਤਰੀ ਕੱਲ੍ਹ ਦੇ ਸ਼ੋਰ ਸਾਡੇ ਸਿਰ 'ਤੇ ਲਿਆ ਕੇ ਬਿਠਾ ਤੇ ਆ ਰਾਮਪੁਰਾ ਫੂਲ ਹਲਕਾ 3 ਵਾਰ ਮੈਂ ਪਾਰਟੀ ਦੀ ਝੋਲੀ ਦੇ ਵਿੱਚ ਪਾਇਆ ਅਤੇ ਇਸ ਤੋਂ ਪਹਿਲਾਂ ਪਾਰਟੀ ਦੀ ਝੋਲੀ ਦੇ ਵਿੱਚ ਰਾਮਪੁਰਾ ਹਲਕਾ ਕਿਸੇ ਦੇ ਵੱਲੋਂ ਨਹੀਂ ਪਾਇਆ ਗਿਆ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸਿਕੰਦਰ ਸਿੰਘ ਮਲੂਕਾ ਲੜਦੇ ਆਏ ਨੇ ਉੱਥੋਂ ਰਾਮਪੁਰਾ ਫੂਲ ਤੋਂ ਤਾਂ ਗੁਰਪ੍ਰੀਤ ਕਾਂਗੜ ਕਹਿ ਰਿਹਾ ਜਿਸ ਤਰੀਕੇ ਦੇ ਨਾਲ ਮੈਂ ਉੱਥੋਂ ਜਿੱਤਿਆ ਮੈਂ ਉੱਥੋਂ ਪਾਰਟੀ ਨੂੰ ਰੀਪ੍ਰਜੈਂਟ ਕੀਤਾ ਪਰ ਪਾਰਟੀ ਦੇ ਨਾਲ ਤਾਂ ਮੈਂ ਖੜ੍ਹਾਂ ਪਰ ਕਿਤੇ ਨਾ ਕਿਤੇ ਸਾਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਸਾਨੂੰ ਗੰਦ ਦੇ ਢੇਰ 'ਤੇ ਬਿਠਾਤਾ ਸਾਨੂੰ ਜਲੀਲ ਕੀਤਾ ਜਾ ਰਿਹਾ ਇੱਥੋਂ ਤੱਕ ਉਹਨਾਂ ਨੇ ਆਖਿਆ ਅਤੇ ਇਹ ਵੀ ਆਖਿਆ ਸਮਾਂ ਆਉਣ 'ਤੇ ਦੱਸਾਂਗਾ ਸਮਾਂ ਆਉਣ 'ਤੇ ਕੁਝ ਵੀ ਹੋ ਸਕਦਾ ਉਹਨਾਂ ਨੇ ਕਿਹਾ ਸੀ ਐੱਮ 'ਤੇ ਆਸ ਤਾਂ ਹੈ ਪਰ ਜਿਵੇਂ ਅਸੀਂ ਪੁੱਛਿਆ ਕਿ ਜੇ ਸੀਐਮ ਆਸ 'ਤੇ ਖਰੇ ਨਹੀਂ ਉਤਰਦੇ ਸੀਐਮ ਤੁਹਾਡੀ ਆਸ 'ਤੇ ਖਰੇ ਨਹੀਂ ਉਤਰਦੇ ਤਾਂ ਫਿਰ ਕੀ ਕਰੋਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਮਾਂ ਆਉਣ 'ਤੇ ਦੱਸ ਦੇਵਾਂਗਾ ਫਿਰ ਕੀ ਕਰਾਂਗਾ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਾ ਸਕਦੇ ਨੇ ਕਿਤੇ ਨਾ ਕਿਤੇ ਕਿਆਸ ਜਿਹੜੇ ਆ ਇਹ ਲਾਏ ਜਾ ਸਕਦੇ ਨੇ